ਅਮਲਿੰਗਾ ਦੇ ਰੋਡ ਤੇ ਪੈ ਗਏ ਆ। ਆਹ ਦੇਖੋ ਡੈਮ ਚੌਕ ਦਾ ਵੀ ਬੋਰਡ ਲੱਗਾ ਆ, ਟਰਾਈ ਮਾਰਾਂਗੇ ਜੇ ਡੈਮ ਚੌਕ ਹੁੰਦਾ ਤਾਂ ਕਰਾਂਗੇ। ਬਾਕੀ ਅਮਲਿੰਗਾ ਪਾਸ ਆ ਗਿਆ, 30-35 ਕਿਲੋਮੀਟਰ ਰਹਿ ਗਿਆ, ਰੋਡ ਪੱਕਾ ਹੁਣ, ਇੱਥੋਂ ਰੋਡ ਬਹੁਤ ਫਾਈਨ ਬਣਿਆ ਹੋਇਆ। ਜੇ ਤੁਸੀਂ ਫੋਟੀਲੇ ਜਾਣਾ ਤਾਂ ਇੱਧਰੋਂ 12 ਕਿਲੋਮੀਟਰ, ਫੋਟੀਲਾ ਪਾਸ ਇੱਧਰੋਂ 12 ਕਿਲੋਮੀਟਰ, ਕੋਇਲ ਵੀ ਇੱਧਰ 28 ਕਿਲੋਮੀਟਰ, ਆਪਾਂ ਇੱਧਰ ਨਹੀਂ ਜਾਣਾ, ਅਸੀਂ ਜਾਣਾ ਇੱਧਰ ਅਮਲਿੰਗਾ ਜਾਣਾ, ਇਹ ਰੋਡ ਜਾਂਦਾ ਅਮਲਿੰਗਾ, ਅਮਲਿੰਗਾ ਪਾਸ 30-35 ਕਿਲੋਮੀਟਰ ਰਹਿ ਗਿਆ। ਉੱਤੋਂ ਅੱਗੇ ਡੈਮ ਚੌਕ ਦਾ ਬੋਰਡ ਉਹ ਲੱਗਾ ਆ ਉੱਪਰ, ਠੀਕ ਹੈ ਜੀ, ਆਹ ਡੈਮ ਚੌਕ ਦਾ ਬੋਰਡ ਲੱਗਾ ਆ ਅਤੇ ਉੱਥੋਂ 30 ਕਿਲੋਮੀਟਰ ਪਤਾ ਡੈਮ ਚੌਕ ਦਾ, ਇਹ ਹੈਗਾ ਜੀ ਸਾਹਮਣੇ ਚਾਈਨਾ ਦਿਖਦਾ, ਚਾਈਨਾ ਦਾ ਬਿਲਕੁਲ ਇੱਕ ਸਾਈਡ ਚਾਈਨਾ ਇੱਕ ਸਾਈਡ ਇੰਡੀਆ, ਟਰਾਈ ਮਾਰਾਂਗੇ ਉੱਥੇ ਵੀ ਜੇ ਪਰਮਿਸ਼ਨ ਮਿਲ ਕੇ ਚੱਲ ਜਾਂਗੇ, ਉਹ ਕਹਿੰਦੇ 20-25 ਮਿੰਟ ਦਾ ਰਾਹ ਆ ਉੱਥੋਂ, ਜ਼ਿਆਦਾ ਨਹੀਂ ਹੈਗਾ ਅਤੇ ਬਾਕੀ ਹੁਣ ਚੱਲਦੇ ਹਾਂ ਅਮਲਿੰਗਾ ਜਾ ਕੇ, ਬਾਕੀ ਫਾਈਨਲ ਕਰਦੇ ਹਾਂ, ਠੀਕ ਹੈ ਜੀ। ਬਹੁਤ ਵਧੀਆ ਫੀਲ ਹੋ ਰਿਹਾ ਹੁਣ, ਪ੍ਰਾਊਡ ਮੂਵਮੈਂਟ ਲੱਗਦੀ ਹੈ ਕਿ ਇੱਥੇ ਚਲੋ ਪਹੁੰਚ ਗਏ ਆਪਾਂ, ਜਿਹੜਾ ਅਸੀਂ ਕਦੀ ਦੇਖਦੇ ਸੀਗੇ, ਸੋਚਿਆ ਨਹੀਂ ਸੀ ਕਦੀ ਪਹੁੰਚ ਜਾਂਗੇ, ਪਰ ਹੁਣ ਕਾਫੀ ਨੀਅਰ ਪਹੁੰਚ ਜਾਂਗੇ। ਬਾਕੀ ਬਾਬਾ ਮੇਹਰ ਕਰੇ ਡੈਮ ਚੌਕ ਤੱਕ ਵੀ ਜਾ ਕੇ ਆਵਾਂਗੇ, ਠੀਕ ਹੈ ਜੀ, ਓਕੇ ਜੀ, ਬਾਏ ਬਾਏ।